ਇੱਕ ਪਾਸੇ ਭਾਰਤ-ਬੰਦ ਨੂੰ ਲੈ ਕੇ ਪੰਜਾਬ ਵਿੱਚ ਹਾਈ ਅਲਰਟ ਕੀਤਾ ਹੋਇਆ ਹੈ। ਦੂਜੇ ਪਾਸੇ ਇਸ ਹਾਈ ਅਲਰਟ ਵਿੱਚ ਧਾਰਮਿਕ ਤਾਵਾ ਉੱਪਰ ਨਕਲੀ ਪੁਲਸੂ ਬਣ ਕੇ ਲੁਟੇਰਿਆਂ ਨੇ ਡਾਕਾ ਮਾਰਿਆ ਹੈ। ਇਹ ਘਟਨਾ ਖੰਨਾ ਦੇ ਪਿੰਡ ਰਾਜੇਵਾਲ ਦੀ ਹੈ ਜਿੱਥੇ ਅੱਧੀ ਰਾਤ ਨੂੰ ਤੇਜ਼ ਤਾਰ ਹਥਿਆਰਾਂ ਸਮੇਤ ਆਏ ਲੁਟੇਰੇ ਮੰਦਰ ਦੇ ਪੁਜਾਰੀ ਦੇ ਨਾਲ ਲੱਗਦੇ ਡੇਰੇ ਦੇ ਸੰਤ ਨੂੰ ਬੰਨ੍ਹ ਕੇ ਨਕਦੀ ਅਤੇ ਮੋਬਾਈਲ ਲੁੱਟ ਕੇ ਫਰਾਰ ਹੋ ਗਏ। ਇਸ ਘਟਨਾ ਨੂੰ ਲੈ ਕੇ ਪਿੰਡ ਵਾਸੀਆਂ ਅੰਦਰ ਡਰ ਦਾ ਮਾਹੌਲ ਹੈ। ਉਹਨਾਂ ਦੱਸਿਆ ਕਿ ਲੁਟੇਰਿਆਂ ਨੇ ਆਉਂਦੇ ਸਾਰ ਪਹਿਲਾਂ ਕੈਮਰੇ ਤੋੜੇ ਅਤੇ ਡੀਵੀਆਰ ਆਪਣੇ ਨਾਲ ਲੈ ਗਏ। ਇਸ ਮੈਂ ਨੂੰ ਪੁਜਾਰੀ ਮੈਂ ਹੀ ਹੋ ਜੀ। ਇਹ ਕਿਹੜਾ ਮੰਦਿਰ ਹੈ ਇਹ? ਰਾਜੇਵਾਲਾ ਨੀਲਕੰਠ ਮਾਦੇਵ ਜੀ ਦਾ ਮੰਦਿਰ ਹੈ। ਕਿੰਨੀ ਕੀ ਮੰਨਤਾ ਮੰਦਿਰ? ਮੰਨਤਾ 5-6 ਪਿੰਨੋ ਕੇ ਵਿੱਚ ਮੰਦਿਰ ਮੰਨਤਾ achhi hai. ਕੀ ਕਿਆ ਹੋਇਆ ਜੀ ਰਾਤੀ ਰਾਤ 12 ਵਜੇ ਕੇ ਬਾਅਦ ਮੈਂ ਵਾਰ ਪਿਆ ਹੂ ਤਾਂ ਇਹ ਅੰਦਰ ਪਈ ਹੋਏ ਤੇ चार बंदे इनके पास जाके वहाँ खटका करने लगे जंदा तोड़े सामान बिखेर तो मैं जैसे बैठा हुआ भाई हो क्या रहा है तो चार बंदे मेरे चारों पास ही खड़े थे जिन पर राड और सोटी थी कि चिट्टा का धंधा करते हो चिट्टा दो कहाँ तुम्हारे नाम से है नका लगा हुआ साफ खड़े हुए हैं दो तलाशी दो वहाँ जंदा तोड़े में और जंदा क्यों तोड़ रहे चा है कि तलासी तो तलासी लो मेरे हाथ में से सा घड़ी भी लग गई एक घड़ी अंदर रखी थी दो फोन थे और तुम्हारा डी वी डी रिकॉर्डिंग कैमरा की हाँ वो भी तोड़ी उन्होंने फिर दूसरा कमरा वो खोला है उसके बाद माता के मंदिर में गला तोड़ा है यह वारदात है लेकिन सबके किसी के टोपी भी थी कच्चा बुनियान थे उसमें हिंदी थे मिक्स पंजाबी बोल रहे थे कितने लोग थे टोटल दस बारह बंदे कम से कम थे जो चार मेरे पास थे चार इनके पास थे कुछ इधर लगे हुए थे अलग अलग जगह थे हाँ हम तीन तीन ही हैं ये महाराज यहाँ पे हुए थे ये अंदर तक कमरे में मैं बाहर था तो क्या मांग करते हो हम तो यही था इस स्थान की जैसी महिमाएँ वही हिसाब से मतलब सच्चाई से मतलब यह काम सर्व किया जाए मतलब कर कौन रहा है साढ़े जी इतने एक मंदिर है नीलकंठ प्राचीन मंदिर है ਇਹਦੀ ਬੜੀ ਮਾਨਤਾ ਉਹਦੇ ਨਾਲੇ ਇੱਕ ਡੇਰਾ ਰਾਤੀ 12 ਤੋਂ 1 ਵਜੇ ਦੇ ਵਿੱਚ 12 ਬੰਦੇ ਆਏ ਜਿਨ੍ਹਾਂ ਨੇ ਮੂਹਲ ਬੈਠੇ ਹੋਏ ਸੀ ਤੇ ਹੱਥ 'ਚ ਹਥਿਆਰ ਸੀ ਡੰਡੇ ਸੀ ਤੇ ਓਪ ਸੀਗੀਆਂ ਰਾੜਾ ਛੋਟੀਆਂ ਤੇ ਰਾੜਾ ਮੂਹਲ ਬੈਠੇ ਹੋਏ ਸੀ ਕੁਝ ਹਿੰਦੀ ਬੋਲਦੇ ਸੀਗੇ ਕੁਝ ਪੰਜਾਬੀ ਬੋਲਦੇ ਸੀਗੇ ਉਹਨਾਂ ਨੇ ਆ ਕੇ ਸਭ ਤੋਂ ਪਹਿਲਾਂ ਜਿਹੜੇ ਕੈਮਰੇ ਲੱਗੇ ਹੋਰੇ ਸਾਡੇ ਮੰਦਰ 'ਚ ਉਹਦੀ ਡੀਵੀਆਰ ਤੋੜ ਕੇ ਉਹ ਚੱਕ ਲਈ ਉਦੋਂ ਬਾਅਦ ਚ ਲੈਟਾ ਬੰਦ ਕਰਕੇ ਜਿਹੜਾ ਉੱਥੇ ਪੁਜਾਰੀ ਆ ਰਵੀ ਕੁਮਾਰ ਉਨੋ ਤੋਂ ਆ ਕੇ ਇੱਕੋ ਥੇ ਮੁੰਡਾ ਸੀ ਡਰਾ ਕੇ 4500 ਰੁਪਇਆ ਦੋ ਮੋਬਾਈਲ ਦੋ ਕੜੀਆਂ ਲੈ ਕੇ ਚੀ ਫਿਰ ਨਾਲੇ ਡੇਰਾ ਇੱਥੇ ਸਾਡੇ ਬਾਬਾ ਮਾਸਤ ਰਾਮ ਰਹਿੰਦੇ ਨੇ ਉਹਨਾਂ ਨੂੰ ਆ ਕੇ ਡਰਾਇਆ ਉਹਨਾਂ ਤੋਂ 2000 ਰੁਪਇਆ ਤੇ ਮੋਬਾਈਲ ਲੈ ਗਿਆ ਤੇ ਕੋਈ ਮੈਨ ਕੋਈ ਕੈਮਰੇ ਕੁੰਬਰੇ ਜਾਂ ਕਿਸੇ ਹੋਰ ਚੀਜ਼ ਆਇਆ ਬੰਦੇ ਉਹ ਨਹੀਂ ਜੀ ਨਹੀਂ ਜਾਂ ਡੀਵੀਆਰ ਇਹ ਲੈ ਗਏ ਜੀ ਫਿਰ ਕਾਹਦੇ ਚਾਉਣਗੇ ਬੰਦੇ ਆਏ ਕਾਹਦੇ ਤੁਸੀਂ ਫਾਇਦਾ ਆਏ ਕੋਈ ਪਤਾ ਨਹੀਂ ਚੱਲਿਆ ਜੀ ਕਾਹਦੇ ਸੁੱਤੇ ਪੈ ਸੀਗੇ ਬੰਦੇ ਲੈਟ ਭੱਜੀ ਪੈਦਲੇ ਆਏ ਗੱਡੀ 'ਚ ਵੀ ਹੋ ਸਕਦੇ ਨੇ ਦਿਖੇ ਚਨ ਕੋਈ ਛੱਟ ਪੇਟ ਦਾ ਨਾ ਜੀ ਛੱਟ ਪੇਟ ਕੋਈ ਨਹੀਂ ਲੱਗੀ ਜੀ ਉਹ ਬਚਤ ਰਹਿ ਗਈ ਜੀ ਗੱਲਬਾਤ ਕਿੱਦਾਂ ਵੀ ਕਰਦੇ ਹਿੰਦੀ ਬੋਲਦੇ ਸੀਗੇ ਜੀ ਗੋਲੀ ਮਾਰਾਂਗੇ ਡੰਗਾਉਂਦੇ ਸੀ ਗੋਲੀ ਮਾਰਾਂਗੇ ਅਸੀਂ ਪੁਲਿਸ ਵਾਲੇ ਆ ਤੁਸੀਂ ਚਿੱਟਾ ਵੇਚਦੇ ਹੋ ਚਿੱਟਾ ਮੰਗਦੇ ਸੀਗੇ ਕਹਿੰਦੇ ਲਿਆ ਕੱਢ ਚਿੱਟਾ ਕਿੱਥੇ ਤੂੰ ਵੇਚਦਾ ਹੈ ਪੰਡਤ ਨੂੰ ਡਰਾਉਂਦੇ ਸੀ ਉਹ ਕਹਿੰਦਾ ਜੀ ਇਸ ਦਾ ਆਮ ਗਰੀਬ ਬੰਦੇ ਆ ਅਸੀਂ ਕਿੱਥੇ ਕੰਮ ਕਿੱਥੋਂ ਕਰ ਜਾਂ ਕਹਿੰਦੇ ਸਾਡਾ ਨਾਕਾ ਲਾਇਆ ਹੋਇਆ ਇੱਥੇ ਰੋਡੇ ਸੀ ਸਿਰ ਤੋਂ ਮੂਹਲ ਬੈਟੇ ਹੋਏ ਸੀ ਕੱਚੇ ਬਣਾਣ ਪਾਏ ਹੋਏ ਸੀਗੇ ਹਿੰਦੀ ਬੋਲਦੇ ਸੀ ਤੇ ਵਿੱਚ ਪੰਜਾਬੀ ਘੱਟ ਜਿਆਦਾ ਹਿੰਦੀ ਬੋਲਦੇ ਸੀਗੇ ਹੂੰ ਤੇ ਹੁਣ ਕੀ ਮੰਗ ਕਰਦੇ ਹਾਂ ਮੰਗ ਤਾਂ ਇਹ ਪ੍ਰਸ਼ਾਸਨ ਤੋਂ ਕਰਦੇ ਆ ਜੀ ਇਹ ਬੰਦੇ ਫੜੇ ਜਾਣਾ ਜੀ ਬਹੁਤ ਬੁਰਾ ਹਾਲ ਆ ਇੰਨਾ ਬੁਰਾ ਹਾਲ ਆ ਜੀ دہشت ਫੈਲੀ ਹੋਈ ਆ ਕਦੇ ਇਹ ਜੀ ਘਟਰਾ ਨਹੀਂ ਹੋਇਆ ਇਹ ਤਾਂ ਕੋਈ ਵੀ ਬੰਦਾ ਇਹ ਤਾਂ ਜਿਹੜੇ ਹੁਣ ਹਾਲਾਤ ਹੋ ਗਏ ਜੀ ਤਿੰਨਵੇਂ ਤਾਂ ਬਹੁਤ ਮਾੜੇ ਹਾਲਾਤ ਚੋਰ ਲਟੇਰੇ ਪਾਰੂ ਹੋ ਗਏ ਲੁੱਟਾਂ ਖੋਹਾਂ ਕਤਲ ਇੰਨੇ ਵੱ ਚੁੱਕੇ ਨਹੀਂ ਰਿਕ ਬੰਦਾ ਇਹ ਤਾਂ ਮਿਊਸ ਹੋਇਆ ਫਿਰਦਾ ਤੇ ਡਰ ਦੀ دہشت ਇੰਨੀ ਫੈਲ ਗਿਆ ਰਿਕ ਬੰਦਾ ਡਰਦਾ ਜੀ ਇਹੀ ਪੂਰਜੋਰ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਸਰਕਾਰ ਤੋਂ ਵੀ ਇਹ ਬੰਦਿਆਂ ਦੀ ਅਰੈਸਟ ਪੈਣੀ ਜਾਂ ਬੰਦੇ ਫੜੇ ਜਾਣੇ ਚਾਹੀਦੇ ਇਹ ਕਿਉਂਕਿ ਧਰਮ ਨਾਲ ਜੁੜਿਆ ਹੋਇਆ ਇੱਕ ਮੰਦਿਰ ਦਾ ਜਿਹਦਾ ਬਹੁਤ ਸਾਡੀ ਸ਼ਰਧਾ ਹੈ ਉਹਦਾ ਇਹ ਮਸਲਾ ਹੈ ਇਹਦਾ ਹੱਲ ਹੋਣਾ ਚਾਹੀਦਾ ਇਹੀ ਮੰਗ ਕਰਦੇ ਆ ਪ੍ਰਸ਼ਾਸਨ ਇਸ ਮੌਕੇ ਤੇ ਪੁੱਜੇ ਥਾਣਾ ਸਦਰ ਮੁਖੀ ਨਛੱਤਰ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕੋਸ਼ਿਸ਼ ਹੈ ਕਿ ਇਹਨਾਂ ਨੂੰ ਟ੍ਰੇਸ ਕਰਕੇ ਜਲਦੀ ਫੜਿਆ ਜਾਵੇਗਾ। ਪਿੰਡ ਰਾਜਰਾਲ ਅਸੀਂ ਪੁੱਜਿਆ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਵੀ ਇੱਥੇ ਵਾਰਦਤ ਹੋਈ ਆ। ਇੱਥੇ ਇੱਕ ਬਾਬਾ ਜੀ ਦਾ ਸੁਖਦੇਵ ਬਾਬਾ ਜੀ ਦਾ ਸਮਾਧ ਆ ਜੀ। ਇੱਕ ਇੱਥੇ ਸ਼ਿਵ ਮੰਦਿਰ ਆ। ਇਤੋਂ ਰਾਤ ਨੂੰ 1:30-2 ਵਜੇ 7-8 ਬੰਦੇ ਆਏ ਉਹਨਾਂ ਨੇ ਬਾਬਾ ਜੀ ਨੂੰ ਕਿਹਾ ਵੀ ਸਾਨੂੰ ਨਸ਼ਾ ਚਾਹੀਦਾ ਉਹ ਕਹਿੰਦੇ ਅਸੀਂ ਨਸ਼ਾ ਪਾਈ ਕੋਈ ਨਹੀਂ ਅਸੀਂ ਤਾਂ ਬੈਠ ਕੇ ਸਾਨੂੰ ਪਿੰਡ ਵਾਲੇ ਰੋਟੀ ਪ੍ਰਸ਼ਾਦਾ ਖਵਾਉਂਦੇ ਨੇ ਐਜਾਜ਼ੀ ਕੰਮ ਨਹੀਂ ਕਰਦੇ ਨਾ ਕੋਈ ਕਰਦੇ ਉਹਨਾਂ ਨੇ ਉਹਨਾਂ ਦੇ ਅੰਦਰ ਜਾ ਕੇ ਕਰੀਬ 2000 ਰੁਪਏ ਸਮਾਨ ਦੇ ਵਿੱਚ ਉਹਨਾਂ ਨੇ ਜਿਹੜਾ ਟਰੱਕ ਪੇਟੀ ਪਈ ਸੀ ਉਹਦੇ ਵਿੱਚੋਂ 2000 ਰੁਪਏ ਲੈ ਗਏ ਤੇ ਮੰਦਿਰ 'ਚ ਵੀ ਇੱਥੇ ਆਏ ਨੇ ਮੰਦਿਰ 'ਚ ਉਹਨਾਂ ਨੇ ਐਂਟਰੀ ਕੀਤੀ ਉਹ ਵੀ ਇਹੀ ਗੱਲ ਕਰਦੇ ਸੀਗੇ ਤੇ ਮੰਦਿਰ ਵਾਲਿਆਂ ਦਾ ਉਹ ਜਿਹੜਾ ਟਰੱਕ ਦੇ ਵਿੱਚੋਂ ਤਾਂ 4500 ਰੁਪਏ ਇਹ ਚੋਰੀ ਚੋਰੀ ਕਰਕੇ ਲੈ ਗਏ ਤੇ ਇਹਨਾਂ ਦੇ ਮੋਬਾਈ ਅਸੀਂ ਇਹਨਾਂ ਦੇ ਕੈਮਰੇ ਰਾਹੀਂ ਕੋਕ ਕਰ ਰਹੇ ਹਾਂ ਤੇ ਜਲਦ ਜਲਦ ਅਸੀਂ ਟ੍ਰੇਸ ਕਰਾ ਦੇਵਾਂਗੇ ਸੀਸੀਟੀਵੀ ਵਗੈਰਾ ਜਿਹਨੇ ਵੀ ਲਾਈ ਹੋਈ ਹੈ ਹਾਂ ਉਹ ਅਸੀਂ ਪੜਤਾਲ ਕਰ ਦਿਆ ਜੀ ਅਸੀਂ ਸਾਰੇ ਸਰਚ ਕਰ ਰਹੇ ਹਾਂ ਸਰਚ ਦੇ ਦੌਰ ਜਿਹੜੀ ਗੱਲ ਸਾਹਮਣੇ ਆਊਗੀ ਤੁਹਾਡੇ ਇਤਹਾਜ ਲੈ ਦੇ ਰੂਗਾ ਤੁਸੀਂ ਐਸਐਸਓ ਵੀ ਕੀ ਕਹਿ ਰਹੇ ਕਹਿੰਦੇ ਵੀ ਉਹਨਾਂ ਨੇ ਆ ਕੇ ਆਪਣੇ ਨੂੰ ਦੱਸਿਆ ਵੀ ਅਸੀਂ ਪੁਲਿਸ ਵਾਲਾ ਹਾਂ ਉਹ ਅਸੀਂ ਇਸਦੀ ਕੋਕ ਕਰ ਰਹੇ ਹਾਂ ਜੀ ਪੂਰੀ ਚੰਗੀ ਤਰ੍ਹਾਂ ਤਫਤੀਸ਼ ਦੌਰਾਨ ਜਿਹੜੀ ਗੱਲ ਸਾਹਮਣੇ ਆਈ ਉਸ ਤਰੀਕੇ ਨਾਲ ਕਰਾਂਗੇ ਜੀ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ अजीत ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ अजीत ਦਾ ਅਫੀਸ਼ੀਅਲ ਪੇਜ ਡੇਲੀ अजीत ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ अजीत ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ अजीत ਦਾ ਅਫੀਸ਼ੀਅਲ YouTube ਚੈਨਲ अजीत ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾਂ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ